ਅੱਜ ਸਾਈਕਲ 'ਤੇ ਅਸੀਂ ਸਾਰਾ ਮਾਰਕੀਟ ਕੀਤੀ ਔਰ ਸਾਰੇ ਸ਼ਹਿਰਾਂ ਦੇ ਵਿੱਚ ਜਿੰਨਾ ਵੀ ਸਾਡੇ ਕੋਲ ਕਿਲੋ 2 ਕਿਲੋਮੀਟਰ 5 ਕਿਲੋਮੀਟਰ ਚੱਲਦੀ ਹੈ ਸਾਈਕਲ, ਉਹ ਅਸੀਂ ਚਲਾ ਰਹੇ ਹਾਂ, ਪ੍ਰਚਾਰ ਕਰ ਰਹੇ ਹਾਂ ਸਰਦਾਰ ਰਣਜੀਤ ਸਿੰਘ ਬਿੱਟੂ ਲਈ, ਔਰ ਜੋ ਜਿੱਤਦਾ ਉਹ ਕਨਫਰਮ ਜਿੱਤਦਾ ਸਰਦਾਰ ਰਣਜੀਤ ਸਿੰਘ ਬਿੱਟੂ, ਅਤੇ ਕੋਈ ਵੀ ਇਸ ਟਾਈਮ ਮੇਰੇ ਹਿਸਾਬ ਦੇ ਨਾਲ ਪੂਰੇ ਲੁਧਿਆਣੇ 'ਚ ਉਹਨਾਂ ਦੇ ਮੁਕਾਬਲੇ ਦੇ ਵਿੱਚ ਕੋਈ ਵੀ ਕੈਂਡੀਡੇਟ ਨਹੀਂ। ਹਾਂਜੀ ਰਾਣਾ ਜੀ, 2019 ਦੀਆਂ ਲੋਕ ਸਭਾ ਦੀਆਂ ਚੋਣਾਂ ਦਾ ਨਗਾੜਾ ਜਿਹੜਾ ਵੱਜ ਚੁੱਕਿਆ, ਬੜਾ ਭਖਿਆ ਹੋਇਆ, ਠੀਕ ਹੈ, ਅਤੇ ਇਹ ਦੱਸੋ ਵੀ ਰਮਨੀਤ ਬਿੱਟੂ ਨੂੰ ਲੋਕ ਵੋਟਾਂ ਕਿਉਂ ਪਾਉਣਗੇ? ਸਰਦਾਰ ਰਮਨੀਤ ਸਿੰਘ ਬਿੱਟੂ ਇੱਕ ਤਾਂ ਸ਼ਹੀਦ ਪਰਿਵਾਰ ਤੋਂ ਨੇ, ਹੋਰ ਉਹਨਾਂ ਦੇ ਜੋ ਦਾਦਾ ਜੀ ਬੇਅੰਤ ਸਿੰਘ ਜੀ ਸੀਗੇ, ਉਹਨਾਂ ਨੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਬਿਗਲ ਵਜਾਇਆ। ਅੱਜ ਜੋ ਆਪਾਂ ਆਜ਼ਾਦ ਖੁਸ਼ੀਆਂ ਮਾਣ ਰਹੇ ਹਾਂ, ਆਪਣੇ ਘਰਾਂ 'ਚ ਇੰਜੋਏ ਕਰ ਰਹੇ ਹਾਂ, ਆਪਣੇ ਨੌਜਵਾਨ ਬੱਚੇ ਕੰਮਾਂ 'ਤੇ ਜਾਂਦੇ ਨੇ, ਕੋਈ ਫਿਕਰ ਨਹੀਂ ਅੱਜ ਉਸ ਪਰਿਵਾਰ ਦੀ ਦੇਣ ਆ, ਅਤੇ ਮੈਨੂੰ ਇਹ ਪਤਾ ਵਾ ਇਸ ਕਰਕੇ ਇਹ ਲੋਕ ਉਹਨਾਂ ਨੂੰ ਉਸ ਪਰਿਵਾਰ ਨੂੰ ਉਸ ਸਰਦਾਰ ਬੇਅੰਤ ਸਿੰਘ ਜੀ ਨੂੰ ਸ਼ਹੀਦ ਆਜ਼ਮ ਨੂੰ ਪਿਆਰ ਕਰਦੇ ਨੇ, ਇਸ ਕਰਕੇ ਉਹਨਾਂ ਨੂੰ ਵੋਟਾਂ ਪਾਉਣਗੇ। ਕੀ ਵਿਕਾਸ ਕੀਤਾ ਉਹਨਾਂ ਨੇ, ਕਿਹੜੇ ਕਿਹੜੇ ਕੰਮ ਕੀਤੇ ਆ, ਕਿਹੜੀਆਂ ਉਪਲੱਬਧੀਆਂ ਕੀਤੀਆਂ ਕਿ ਲੋਕ ਉਹਨਾਂ ਨੂੰ ਇੰਨਾ ਪਿਆਰ ਕਰਦੇ ਨੇ? ਦੇਖੋ, ਇੱਕ ਤਾਂ ਲੁਧਿਆਣੇ ਦੇ ਵਿੱਚ ਜਦੋਂ ਸਰਕਾਰ ਨਹੀਂ ਸੀ, ਇੱਕੋ ਹੀ ਲੁਧਿਆਣੇ ਦੇ ਆਕਾ ਸੀ ਸਰਦਾਰ ਰਮਨੀਤ ਸਿੰਘ ਬਿੱਟੂ, ਜਿਹੜੇ ਸਾਡੇ ਵਰਕਰਾਂ ਦੀ ਸਮੱਸਿਆ ਨੂੰ ਸੁਣਦੇ ਸੀ ਅਤੇ ਲੋਕਾਂ ਦੀ ਸਮੱਸਿਆ ਸੁਣਦੇ ਸੀ, ਔਰ ਜਦੋਂ ਵੀ ਅਸੀਂ ਉਹਨਾਂ ਕੋਲ ਆਉਂਦੇ ਹਾਂ, ਵਰਕਰ ਆਉਂਦੇ ਆ, ਸਾਰੇ ਮਾਵਾਂ ਭੈਣਾਂ ਮੇਰੀਆਂ ਨਾਲ ਨੇ, ਉਹ ਜਦੋਂ ਆਉਂਦੇ ਨੇ ਉਹ ਪਹਿਲੇ ਆਧਾਰ 'ਤੇ ਉਹਨਾਂ ਦੇ ਕੰਮ ਜਿਹੜੇ ਮਰਜ਼ੀ ਹੋਣ ਪਹਿਲੇ ਆਧਾਰ 'ਤੇ ਕਰਦੇ ਨੇ। ਵਿਕਾਸ ਤਾਂ ਦੇਖੋ, ਅੱਜ ਤੁਸੀਂ ਦੇਖੋ ਪਿਛਲੇ 10 ਸਾਲਾਂ 'ਚ ਕਿਹੜਾ ਕੰਮ ਹੋਇਆ ਵਾ, ਔਰ ਅੱਜ ਅਸੀਂ ਉੱਥੋਂ ਪ੍ਰੀਤ ਵਿਹਾਰ ਤੋਂ ਸਾਡੇ ਪਰਿਵਾਰ 'ਚ ਸਰਪੰਚੀ ਆਈ ਆ, ਤੁਸੀਂ ਸਾਡੇ ਇਲਾਕੇ ਜਾ ਕੇ ਦੇਖੋ, 2 ਮਹੀਨੇ ਹੋਏ ਬਣੇ ਨੂੰ, ਵਿਕਾਸ ਦੇ ਕੰਮ ਚੱਲ ਰਹੇ ਆ, ਸੜਕਾਂ ਬਣਨੀਆਂ ਨੇ, ਵਾਟਰ ਸਪਲਾਈ ਪੈ ਰਹੀ ਆ, ਔਰ ਜਿੰਨੇ ਵੀ ਕੰਮ ਆ ਬੜੀ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੇ ਨੇ। ਕਿੰਨੀ ਲੀਡ ਦੇ ਨਾਲ ਤੁਸੀਂ ਬਿੱਟੂ ਜੀ ਨੂੰ ਜਿਤਾਓਗੇ? ਇੱਥੋਂ 2 ਲੱਖ ਪਲੱਸ ਤੋਂ ਜਿਤਾਵਾਂਗੇ, ਜੋ ਆਵਾਜ਼ ਆ, ਜੋ ਅਸੀਂ ਕੰਮ ਕਰ ਰਹੇ ਹਾਂ, ਵਰਕਰ ਸਾਥੀ ਕੰਮ ਕਰ ਰਹੇ, ਲੁਧਿਆਣੇ ਦਾ ਬੱਚਾ ਬੱਚਾ ਅੱਜ ਸਰਦਾਰ ਰਮਨੀਤ ਸਿੰਘ ਬਿੱਟੂ ਨੂੰ ਪਿਆਰ ਕਰ ਰਿਹਾ, ਔਰ ਉਹਨਾਂ ਦੇ ਨਾਲ ਖੜ੍ਹੇ ਹੋਣ ਨੂੰ ਤਤਪਰ ਨੇ, 19 ਤਰੀਕ ਦੀ ਵੇਟ ਕਰ ਰਹੇ ਆ ਕਦੋਂ 19 ਤਰੀਕ ਆਵੇ ਔਰ ਵੋਟਾਂ ਪਾਈਆਂ ਜਾਣ। ਆਪਣੇ ਪਿਆਰਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅੱਜ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਲੁਧਿਆਣੇ ਵਾਸੀਆਂ ਨੂੰ, ਅੱਜ ਇੱਕ ਇਕੱਠ ਇਕੱਠੇ ਔਰ ਇਕੱਠੇ ਜਿਹੜੇ ਸੰਗਠਨ ਹੁੰਦੇ ਨੇ, ਅੱਜ ਇੱਕ ਸੰਗਠਨ ਦੀ ਲੋੜ ਆ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਰਦਾਰ ਰਮਨੀਤ ਸਿੰਘ ਬਿੱਟੂ ਨੂੰ ਵੋਟ ਪਾਉਣੀ ਚਾਹੀਦੀ ਆ, ਉਹਨਾਂ ਦੇ ਪਰਿਵਾਰ ਨੂੰ, ਸ਼ਹੀਦਾਂ ਨੂੰ ਯਾਦ ਕਰਕੇ ਸਰਦਾਰ ਬੇਅੰਤ ਸਿੰਘ ਨੂੰ ਯਾਦ ਰੱਖਦੇ ਹੋਏ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਆ। ਜੇ ਆਪਾਂ ਕਿਸੇ ਭਵਾਵੇਂ 'ਚ ਨਾ ਆਈਏ, ਨਾ ਆ ਕੇ ਇਹਨੂੰ ਵੱਡੀ ਲੀਡ ਨਾਲ ਜਿਤਾ ਕੇ ਮੈਂਬਰ ਆਫ ਪਾਰਲੀਮੈਂਟ ਬਣਾ ਕੇ ਦਿੱਲੀ ਭੇਜੀਏ ਔਰ ਇਹ ਮੰਤਰੀ ਬਣ ਕੇ ਵਾਪਸ ਆਉਣ।